ਮੈਨੂੰ ਇੱਕ ਬੰਦਾ ਪੁੱਛਦਾ ਜੀ ਤੁਸੀਂ ਵੀ ਕਿਸੇ ਦੀ ਬੈਤ ਕੀਤੀ ਹੈ? ਇੱਕ ਦਿਨ ਇੱਕ ਬੰਦਾ ਕਹਿੰਦਾ ਜੀ ਤੁਸੀਂ ਵੀ ਕਿਸੇ ਦੀ ਬੈਤ ਕੀਤੀ ਹੈ? ਮੈਂ ਹਾਂ। ਬੜੇ ਤਜਬ ਨਾਲ ਕਹਿੰਦਾ ਕਿਹਦੀ? ਕਹਿੰਦਾ ਤੁਸੀਂ ਵੀ ਕਿਸੇ ਦੀ ਬੈਤ ਹੋ? ਮੈਂ ਹਾਂ ਬਿਲਕੁਲ ਹੈ। ਆਉਂਦਾ ਕਿਹਦੇ ਬੈਤ, ਕਿਹਦੀ ਬੈਤ ਕੀਤੀ ਜੇ? ਅਸੀਂ ਕਰਕੇ ਨਾ ਅੱਖਾਂ ਖੋਲ੍ਹ ਕੇ, ਕਿਹਦੀ ਹੈ? ਮੈਂ ਕਿਹਾ ਰਸੂਲੁੱਲਾ ਦੀ। ਅਤੇ ਮੂੰਹ ਢਿੱਲਾ ਕਰਕੇ ਕਹਿੰਦਾ ਉਹਨਾਂ ਦੀ ਸਾਰਿਆਂ ਕੀਤੀ ਹੈ। ਅਤੇ ਮੈਂ ਸਬਰ ਨਹੀਂ ਹੋਇਆ, ਅਸਾਂ ਕਰ ਵੀ ਛੱਡੀਏ। ਸਾਡੀਆਂ ਅਜ਼ਲ ਦੀਆਂ ਲੱਗੀਆਂ ਤੋੜਿਓ ਨਾ, ਸਾਡੀਆਂ ਅਜ਼ਲ ਦੀਆਂ ਲੱਗੀਆਂ ਤੋੜਿਓ ਨਾ, ਸਾਡਾ ਮੂੰਹ ਸੋਹਣੇ ਵੱਲੋਂ ਮੋੜਿਓ ਨਾ। ਮੈਂ ਨੀਵੀਂ ਮੇਰਾ ਮੁਰਸ਼ਦ ਉੱਚਾ, ਤੇ ਅਸਾਂ ਉੱਚਿਆਂ ਦੇ ਸੰਗ ਲਾਈ, ਉਹ ਸਦਕੇ ਜਾਵਾਂ ਉਹਨਾਂ ਉੱਚਿਆਂ ਤੋਂ ਜਿਹਨਾਂ ਨੀਵਿਆਂ ਨਾਲ ਨਭਾਈ। ਤੇ ਕਹਿਣ ਲੱਗਾ ਉਹਨਾਂ ਦੀ ਸਾਰਿਆਂ ਕੀਤੀ ਹੈ ਤੇ ਉਂਝ ਕਿਹਦੀ ਹੈ ਬੈਤ? ਵੇਖੋ ਬੜੇ ਬੜੇ ਬਾਈ ਉੱਲੂ ਪਾਕਿਸਤਾਨ 'ਚ ਬੜੇ ਬੜੇ ਹੱਦੋਂ ਟੱਪ ਕੇ ਜਾਂਦਾ ਉਂਝ, ਇਹ ਉਂਝ ਕਿਹਦੀ ਹੈ? ਮੈਂ ਹੁਣ ਇਹਦਾ ਜਵਾਬ ਕੀ ਲਿਆ ਉਂਝ? ਮੈਂ ਕਿਹਾ ਇਹ ਤਾਂ ਉਹ ਗੱਲ ਹੈ ਵੀ ਕਿਸੇ ਨੇ ਪੁੱਛਿਆ ਕਿਸੇ ਔਰਤ ਨੂੰ ਵੀ ਤੇਰਾ ਖਾਵੰਦ ਕਿਹੜਾ, ਤੇਰੇ ਖਾਵੰਦ ਦਾ ਨਾਂ ਕੀ ਹੈ? ਉਹਨੇ ਆਖਿਆ ਮੇਰੇ ਖਾਵੰਦ ਦਾ ਨਾਂ ਹੈ ਆਏ। ਉਹਨੇ ਆਖਿਆ ਉਹਨੂੰ ਤਾਂ ਮੈਂ ਜਾਣਨਾ, ਪਰ ਉਂਝ ਕਿਹੜਾ ਹੈ? ਤੇਰਾ ਬੇੜਾ ਗਰਕ ਹੋ ਜਾਏ ਹੈ, ਉਂਝ ਕਿਹੜਾ ਹੈ? ਆਈ ਆਏ ਉਂਝ ਦੀ ਗੱਲ ਨਹੀਂ ਆ, ਓਏ ਮੈਂ ਇੱਕੋ ਇਲਾ ਮੰਨਿਆ, ਇੱਕੋ ਹੀ ਰਹਿਨਮਾ ਮੰਨਿਆ, ਪਰ ਮੈਨੂੰ ਕੋਈ ਵਿਖਾ ਮੇਰੇ ਇਲਾ ਵਰਗਾ ਇਲਾ ਕੋਈ ਨਹੀਂ, ਮੇਰੇ ਰਹਿਨਮਾ ਵਰਗਾ ਰਹਿਨਮਾ ਕੋਈ ਨਹੀਂ। ਹੁਣ ਇੱਥੇ ਅਗਲਿਆਂ ਪੀਰਾਂ ਮੁਰਸ਼ਦਾਂ ਕਿਹਾ ਵੀ ਘਬਰਾਉਣ ਦੀ ਲੋੜ ਨਹੀਂ, ਸਾਡਾ ਝੰਡਾ ਹੋਣਾ ਸਾਡੇ ਨਾਨੇ ਦਾ, ਸਾਡੇ ਨਾਨੇ ਦਾ ਝੰਡਾ ਹੋਣਾ ਅਤੇ ਅਸਾਂ ਉੱਥੇ ਹੋਣਾ, ਤੁਸੀਂ ਫਿਕਰ ਨਾ ਕਰਿਓ, ਆ ਜਾਓ ਅਸੀਂ ਤੁਹਾਨੂੰ ਬਖਸ਼ਾਵਾਂਗੇ, ਪਰੇਸ਼ਾਨ ਨਹੀਂ ਹੋਣਾ, ਅਸੀਂ ਬਖਸ਼ਾਵਾਂਗੇ। ਅਤੇ ਨਾਲ ਇਹ ਕਿਉਂ ਨਹੀਂ ਕਹਿੰਦੇ ਵੀ ਆਪ ਦੋਸਤਾਂ ਨੂੰ ਜਾਵਾਂਗੇ? ਇੱਥੇ ਹੈ ਕਿਸੇ ਦੀ ਮਜਾਲ? ਓਏ ਮੰਨਿਆ ਪਾਣੀ ਪੀਏ ਪੁਣ ਕੇ ਅਤੇ ਮੁਰਸ਼ਦ ਫੜੀਏ, ਚੁਣ ਕੇ ਚੁਣਿਆ ਨਾ, ਕਿਉਂ ਜੀ? ਹੁਣ ਵੇਖਿਆ ਜੇ ਪੀਰ ਮੁਰਸ਼ਦ ਅੱਜ ਦਾ ਵੱਡਾ ਸਾਰਾ ਪਲੰਘ ਹੁੰਦਾ, ਸਿਰ ਵੱਲ ਵੀ ਸਰਾਣਾ ਵੱਡਾ ਸਾਰਾ, ਔਰ ਸਿਰ ਪੈਰਾਂ ਵੱਡਾ ਸਰਾਣਾ, ਅਤੇ ਉਹਨੂੰ ਲੰਮਾ ਪਾਇਆ ਘਰ ਲੰਮਾ ਪਿਆ, ਸਾਰੇ ਘਰ 'ਚ ਇੱਕ ਬੰਦਾ ਨਹੀਂ, ਉਹ ਘਰ 'ਚ ਲੰਮਾ ਪਿਆ ਜਿਵੇਂ ਬੂਰੀ ਮੱਝ ਦਾ ਘਟਾ ਲੰਮ ਜਾਂਦੇ। ਦੱਸੋ ਤੁਸੀਂ ਇਹ ਕਿਸੇ ਹੁੰਦਾ ਇਹਨੂੰ ਬਾਹਰ ਕਢਾਓ ਓਏ।